ਜ਼ਮੀਨ ਦੇ ਨਜਾਇਜ਼ ਕਬਜ਼ੇ ਨੂੰ ਲੈ ਕੇ ਹੋਇਆ ਝਗੜਾ, ਮਾਮਲਾ ਦਰਜ। ਸਾਬਕਾ ਇੰਸਪੈਕਟਰ ਸੁਰਜੀਤ ਸਿੰਘ ਨੂੰ ਰਾਜ਼ੀਨਾਮੇ ਲਈ ਬੁਲਾਇਆ ਗਿਆ। ਉੱਥੇ ਉਹਨਾਂ ਨੂੰ ਜ਼ਬਰਦਸਤੀ ਸ਼ਰਾਬ ਪਿਲਾਈ ਗਈ ਅਤੇ ਕੁੱਟਮਾਰ ਕੀਤੀ ਗਈ। ਸੁਰਜੀਤ ਸਿੰਘ ਅੰਮ੍ਰਿਤਧਾਰੀ ਹਨ। ਉਹਨਾਂ ਦੇ ਲੱਗੇ ਸੱਟਾਂ ਦੇ ਨਿਸ਼ਾਨ ਇਸ ਗੱਲ ਦੇ ਗਵਾਹ ਹਨ ਕਿ ਉਹਨਾਂ ਨੂੰ ਬੜੀ ਹੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਹੁਣ ਉਹ ਆਪਣੇ ਹੀ ਪ੍ਰਸ਼ਾਸਨ ਤੋਂ, ਆਪਣੇ ਹੀ ਮਹਿਕਮੇ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ। ਗਲਤ ਕੰਮ ਕੀਤਾ ਵਾ, ਮੌਕੇ 'ਤੇ ਉਹ ਵੀ ਗਿਆ, ਸਾਰਾ ਵੇਖ ਕੇ ਆਇਆ, ਐਸ ਆਈ ਵੀ ਗਿਆ, ਅੰਦਰ ਐਸ ਆਈ ਨੇ ਕਢਾ ਕੇ ਲਿਆਂਦਾ। ਹਾਂਜੀ, ਸੁਰਜੀਤ ਸਿੰਘ ਸਰ ਨੇ ਗੁਰਬਖਸ਼ ਸਿੰਘ ਬਲਦੇਵ ਸਿੰਘ ਨੇ ਤੇ ਲਖਵਿੰਦਰ ਸਿੰਘ ਲੱਖੇ ਨੇ ਵਕੀਲ ਆ, ਉਹਨਾਂ ਮਾਰਿਆ। ਹਾਂਜੀ, ਕਿਉਂ ਮਾਰਿਆ? ਮੇਰੇ ਪਿੰਡ ਅਸੀਂ ਜਗ੍ਹਾ ਅੱਧੀ ਵੇਚੀ ਸੀ ਅਤੇ ਅੱਧੀ 'ਤੇ ਉਹਨਾਂ ਨੇ ਨਿਆਂ ਕਬਜ਼ਾ ਕੀਤਾ ਅਤੇ ਉਹਨਾਂ ਦੇ ਖਿਲਾਫ਼ ਪਰਚਾ ਦਰਜ ਹੋਇਆ ਸੀ। ਐਸ ਪੀ ਡੀ ਸਾਹਿਬ ਪਿੰਡ ਗਿਆ ਸੀ ਅਤੇ ਉਹਨਾਂ ਪਰਚਾ 'ਤੇ ਹੁਕਮ ਕੀਤਾ ਸੀ, ਉਹਨਾਂ ਦੇ ਖਿਲਾਫ਼ 380 ਅਤੇ 380 453 IPC ਦਾ ਪਰਚਾ ਦਰਜ ਉਹਨਾਂ ਦੇ ਖਿਲਾਫ਼ ਹੋਇਆ ਹੈ। ਅਤੇ ਮੈਨੂੰ ਕਹਿੰਦੇ ਤੂੰ ਸਾਡੇ 'ਤੇ ਚੋਰੀ ਦਾ ਇਲਜ਼ਾਮ ਲਾ ਕੇ ਪਰਚਾ ਕੀਤਾ। ਮੈਂ ਕੀਤਾ, ਅਫਸਰ ਗਏ ਇਨਕੁਆਇਰੀ 'ਤੇ, ਉਹਨਾਂ ਕੀਤੀ ਆ ਅਤੇ ਉਹਨਾਂ ਦੇ ਮੈਂ ਕੌਣ ਹੈ ਪਰਚਾ ਕਰਵਾਉਣ ਵਾਲਾ, ਉਹਨਾਂ ਨੇ ਇਨਕੁਆਇਰੀ ਕੀਤੀ ਆ ਅਤੇ ਉਹਦਾ ਪਰਚਾ ਦਰਜ ਤੁਹਾਡੇ 'ਤੇ ਕੀਤਾ ਵਾ। ਅੱਜ ਇਹਨਾਂ ਨੇ ਮੈਨੂੰ ਫੋਨ ਕਰਕੇ ਛੱਡਿਆ ਗਿਆ, ਚੱਲ ਆਪਾਂ ਬਹਿ ਕੇ ਤਾਂ ਆਪਾਂ ਤੁਹਾਡਾ ਅੱਜ ਜੋ ਬਣਦਾ ਵਾ ਅਸੀਂ ਤੁਹਾਨੂੰ ਦੇ ਦਿੰਦੇ ਹਾਂ ਅਤੇ ਤੁਸੀਂ ਆ ਜਾਓ ਸਾਡੇ ਘਰ 'ਤੇ। ਮੈਂ 1 ਵਜੇ ਦੇ ਟਾਈਮ ਨਾਲ ਇਹਨਾਂ ਦੇ ਘਰ ਗਿਆ ਵਾਂ ਅਤੇ ਜਿਹੜਾ ਮੈਂ ਬਾਹਰ ਬੈਠਾ ਸੀ ਅਤੇ ਜਿਹਨਾਂ ਨੇ ਮੈਨੂੰ ਆਖਿਆ ਕਿ ਤੂੰ ਅੰਦਰ ਆ ਜਾ, ਉੱਥੇ ਬਹਿੰਦੇ ਹਾਂ ਤਾਂ ਚਾਹ ਪੀਂਦੇ ਹਾਂ। ਇਹਨਾਂ ਅੰਦਰ ਬੁਲਾ ਕੇ ਅਤੇ ਪਹਿਲਾਂ ਬਲਦੇਵ ਸਿੰਘ ਦਾ ਮੁੰਡਾ ਲੱਖਾ ਵਕੀਲ ਆਇਆ, ਫਿਰ ਬਲਦੇਵ ਸਿੰਘ ਵੀ ਆ, ਦਾਲ ਇਕੱਠੇ ਆ ਗਏ ਅਤੇ ਮੁੜ ਕੇ 3 ਮੁੰਡੇ ਇਹਨਾਂ ਦੇ ਆਪਣੇ ਹੋਰ ਆਪਣੇ ਚਾਚੇ ਤਾਇਆਂ ਦੇ ਹੋਣੇ ਆ ਅਤੇ ਮੈਂ ਉਹ ਲਾ ਕੇ ਆਪਣੇ ਬੈਸਪਾਲ ਸੀ ਇੰਨਾ ਡੇ 4.5 ਗੋਈ ਇਹ ਆਣ ਕੇ ਮੈਨੂੰ ਕੁੱਟਣ ਲੱਗ ਪਏ ਲੰਮੇ ਪਾ। ਪਹਿਲਾਂ ਮੈਂ ਆਪਣੇ ਨਾ ਜਵਾਲਾ ਤੋਂ ਫੜ ਕੇ ਮੈਨੂੰ ਲੰਮੇ ਪਾ ਅਤੇ ਮੇਰਾ ਮੂੰਹ 'ਚ ਸ਼ਰਾਬ ਪਾਈ, ਇਹਨਾਂ ਗਲਾਸ ਲਿਆ ਕੇ ਭਰ ਕੇ ਮੈਂ ਯਾਰ ਤੂੰ ਮੇਰਾ ਇਹ ਮੈਂ ਅੰਮ੍ਰਿਤ ਛਕਿਆ, ਤੁਸੀਂ ਮੈਂ ਕਿਹਾ ਕੀ ਕਰਨ ਡੇ ਮੇਰਾ ਗਲਤ ਕੰਮ। ਕਹਿੰਦੇ ਜੋ ਤੂੰ ਠੰਡ ਰਹਿਣੇ ਲੋਕਾਂ ਨੂੰ ਕੁੱਟਦਾ ਰਿਹਾ ਅਤੇ ਹੁਣ ਤੈਨੂੰ ਆਹੀ ਮਨ ਚੱਲ ਆਉਣਾ। ਕਿਹੜੇ ਡਿਪਾਰਟਮੈਂਟ ਤੋਂ ਰਿਟਾਇਰ ਜੀ? ਹਾਂਜੀ, ਮੇਰਾ ਨਾਂ ਕੁਲਦੀਪ ਕੌਰ ਆ, ਮੇਰੇ ਪਤੀ ਕੀ ਨਾਂ ਚੱਬੇ ਪਿੰਡ ਦੇ ਰਹਿਣ ਵਾਲੇ ਆ। ਅੱਜ ਤੋਂ ਅਸੀਂ 20 ਸਾਲ ਪਹਿਲਾਂ 25 ਸਾਲ ਆ ਗਏ ਹਾਂ। ਅਸੀਂ ਆ ਕੇ ਮੁੜ ਕੇ ਅਸੀਂ ਅੰਮ੍ਰਿਤਸਰ ਇੱਥੇ ਜਗ੍ਹਾ ਬਣਾਈ ਹੈ, ਅਸੀਂ ਸਾਡੀ ਉੱਥੇ ਕੋਈ ਰਹਿਸ਼ ਨਹੀਂ ਹੈ। ਸਾਡਾ ਛੋਟਾ ਦਿਓਰ ਸੀਗਾ, ਉਹਦੇ ਲਈ ਇਹਨਾਂ ਨੂੰ ਅੱਧੀ ਜਗ੍ਹਾ ਅਸੀਂ ਵੇਚੀ ਆ, ਅੱਧੀ ਜਗ੍ਹਾ ਅਸੀਂ ਆਪਣੇ ਦਿਓਰ ਲਈ ਰੱਖ ਕੇ ਆਏ ਹਾਂ। ਅੱਜ ਇਸ ਤਰ੍ਹਾਂ ਇਹਨਾਂ ਨੇ ਬਲਦੇਵ ਸਿੰਘ ਨੇ ਇਹਨਾਂ ਨੂੰ ਫੋਨ ਲਾਇਆ ਭਈ ਤੁਸੀਂ ਆ ਕੇ ਸਰਦਾਰ ਸਾਹਿਬ ਪੈਸੇ ਲੈ ਜਾਓ, ਅਤੇ ਇਹਨਾਂ ਨੂੰ ਬਹਾਨੇ ਦੇ ਨਾਲ ਅੰਦਰ ਵਾੜ ਲਿਆ। ਅੰਦਰ ਵਾੜ ਲਿਆ, ਇੱਕ ਇਹਦਾ ਬਲਦੇਵ ਸਿੰਘ ਦਾ ਮੁੰਡਾ, ਇੱਕ ਬਲਦੇਵ ਸਿੰਘ, ਇਹਨਾਂ ਸਰਦਾਰ ਸਾਹਿਬ ਨੂੰ ਕੁੱਟਣ ਲੱਗ ਪਏ, ਕੁੱਟ ਕੱਟ ਕੇ, ਅਤੇ ਇਹਨਾਂ ਨੇ ਉਲਟਾ ਥਾਣੇ ਦੇ ਦਿੱਤਾ। ਪੁਲਿਸ ਨੂੰ ਮੰਗਾ ਲਿਆ ਵੀ ਕਿ ਨਾ ਇਹ ਸਾਡੇ ਘਰ ਆ ਕੇ ਪੈ ਗਿਆ, ਸਰਦਾਰ ਸਾਹਿਬ ਨੂੰ ਢਾ ਕੇ ਇਹਨਾਂ ਨੇ ਸ਼ਰਾਬ ਮੂੰਹ ਵਿੱਚ ਪਾਈ ਆ। ਮੇਰੇ ਬੰਦੇ ਨੇ ਅੰਮ੍ਰਿਤ ਛਕਿਆ ਆ, ਗੁਰੂ ਘਰ ਦੇ ਪਾਤਰ ਆ, ਅਤੇ ਇਹਨਾਂ ਨੇ ਅੰਮ੍ਰਿਤ ਭੰਗ ਕਰਨ ਦੀ ਉਹਨਾਂ ਦੀ ਖੇਚਲ ਕੀਤੀ ਆ। ਇਹ ਮਹਿਕਮੇ ਦੇ ਵਿੱਚ ਪੁਲਿਸ ਅਤੇ ਪੁਲਿਸ ਮਹਿਕਮੇ ਵਿੱਚੋਂ ਰਿਟਾਇਰ ਹੋਏ ਨੇ। ਜੇ ਸਾਨੂੰ ਇਹ ਹੱਕ ਨਹੀਂ ਮਿਲੇਗਾ ਤਾਂ ਜਨਤਾ ਦਾ ਕੀ ਹਾਲ ਹੋਏਗਾ?
ਸ਼ਰਾਬ ਪਾਈ ਆ। ਦੱਸੋ ਕਿ ਜੇ ਗੁਰੂ ਘਰ ਦੇ ਪਾਤਰਾ ਬੰਦਿਆਂ ਨੂੰ ਇਹ ਕੁਛ ਹੋਣ ਲੱਗ ਪਿਆ ਤੇ ਬਾਕੀ ਜਨਤਾ ਕਿੱਥੇ ਜਾਏ? ਅਸੀਂ ਇਨਸਾਫ ਲੈਣਾ ਚਾਹੁੰਦੇ ਹਾਂ। ਪੁਲਿਸ ਨੇ ਕੀ ਕੀਤਾ? ਪੁਲਿਸ ਵਾਲੇ ਕੀਤਾ ਇਹ ਕੀਤਾ ਵੀ ਜਿਹੜੇ ਵੱਡੇ ਕਿੰਨਾ ਥਾਣੇਦਾਰ ਸੀ ਉਹਨਾਂ ਨੇ ਸਰਦਾਰ ਸਾਹਿਬ ਜੀ ਦੀ ਜਾਨ ਬਚਾਈ। ਉਹਨਾਂ ਨੇ ਥਾਣੇ 'ਚ ਵੀ ਮੈਂ ਪਹੁੰਚੀ ਹਾਂ ਮੌਕੇ 'ਤੇ, ਬੱਚੇ ਘਰ ਨਹੀਂ ਸੀ ਹੈਗੇ। ਉਹਨਾਂ ਮੈਨੂੰ ਕਿਹਾ ਬੀਬੀ ਅਸੀਂ ਹੱਕ ਦੇ ਫੈਸਲਾ ਕਰਾਂਗੇ। ਉਹਨਾਂ ਸਾਨੂੰ ਬੜਾ ਪ੍ਰੈਸ਼ਰ ਪਾਇਆ ਵਾ ਉੱਪਰ ਤੋਂ ਉੱਪਰ, ਅਤੇ ਅਸੀਂ ਉਹਨਾਂ ਦੇ ਪ੍ਰੈਸ਼ਰ 'ਚ ਨਹੀਂ ਆਏ। ਮਤਲਬ ਇਹ ਆ ਕਿ ਅਸੀਂ ਕਿ ਨਾ ਜਿਹੜੀ ਸੱਚਾਈ ਆ ਪਿੰਡੋਂ ਜਾ ਕੇ ਲੈ ਕੇ ਆਏ ਹਾਂ ਕਿ ਗੱਲ ਤਾਂ ਇਹ ਹੈਗੀ ਆ ਕਿ ਤੁਹਾਡੇ ਮਕਾਨ ਦਾ ਜਾਇਦਾਦ ਦਾ ਝਗੜਾ ਹੈ ਅਤੇ ਇਹ ਗਲਤ ਕੰਮ ਕੀਤਾ। ਹਾਂਜੀ, ਅਸੀਂ ਇਨਸਾਫ ਇਹ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਹਨਾਂ ਨੇ ਸਾਡੇ ਉਲਟਾ ਇਹਨਾਂ ਨੂੰ ਸਰਦਾਰ ਸਾਹਿਬ ਦੇ ਲਾਗੇ ਕਿਰਪਾਨ ਰੱਖ ਕੇ ਅਤੇ ਮੁੰਡਿਆਂ ਨੇ ਫੋਟੋ ਖਿੱਚ ਲਈ ਅਤੇ ਇਹਨਾਂ ਨੂੰ ਕਹਿੰਦੇ ਸਾਨੂੰ ਮਾਰਨ ਆਪੇ। ਜੇ ਸਰਦਾਰ ਸਾਹਿਬ ਮਾਰਨ ਜਾਂਦੇ ਤਾਂ ਕੀ ਗੱਲ 4-5 ਬੰਦੇ ਅਸੀਂ ਨਹੀਂ ਸੀ ਜਾ ਸਕਦੇ? ਅਸੀਂ ਜਾ ਸਕਦੇ ਸੀ ਵੀਰ ਜੀ। ਇਹ ਝੂਠਾ ਇੰਜਾਮ ਲਾ ਰਹੇ ਨੇ ਅਤੇ ਇਹ ਉਲਟਾ ਸਾਨੂੰ ਕਹਿੰਦੇ ਆ ਕਿ ਅਸੀਂ ਤੁਹਾਡੇ 'ਤੇ ਪਰਚਾ ਕਟਾਉਣਾ। ਦੱਸੋ ਪਰਚਾ ਸਾਡਾ ਬਣਦਾ ਤਾਂ ਉਹਨਾਂ ਦਾ ਬਣਦਾ? ਚੱਬੇ ਪਿੰਡ ਤੋਂ ਸਾਡਾ ਰਿਟਾਇਰ ਪੁਲਿਸ ਅਫਸਰ ਆ ਸਬ ਇੰਸਪੈਕਟਰ ਸਰਜੀਤ ਸਿੰਘ, ਉਹ ਇੱਕ ਐਡਵੋਕੇਟ ਆ ਗਏ ਸਰ ਲੱਖਾ ਸਿੰਘ। ਸਰਜੀਤ ਸਿੰਘ ਦੇ ਕਹਿਣ ਮੁਤਾਬਕ ਉਹਨੇ ਮੈਨੂੰ ਘਰ ਬੁਲਾਇਆ ਸੀ ਅਤੇ ਘਰ ਬੁਲਾ ਕੇ ਉਹਨਾਂ ਨੂੰ ਮੈਨੂੰ ਬਹੁਤ ਕੁੱਟਿਆ, ਜਿਹਦੇ ਸਰੀਰ ਦੇ ਉੱਤੇ ਕਾਫੀ ਸੱਟਾਂ ਨੇ ਅਤੇ ਉਹਦੇ ਨਾਲ ਕਾਫੀ ਬੇਅਦਬੀ ਕੀਤੀ ਗਈ ਉਹਦੇ, ਜਿਹਦੇ ਸੰਬੰਧ ਦੇ ਵਿੱਚ ਉਹ ਹੁਣੇ ਮੇਰੇ ਕੋਲ MLR ਲੈ ਕੇ ਆਇਆ, ਜਿਹਦੇ ਸੰਬੰਧ 'ਚ SH ਨੂੰ ਹਦਾਇਤ ਕਰਦੀ ਆ ਕਿ ਇਹਦਾ ਸਟੇਟਮੈਂਟ ਲਿਖ ਕੇ ਜੋ ਲੀਗਲੀ ਕਾਰਵਾਈ ਬਣਦੀ ਉਹ ਕਰਦੀ ਜਾਏ। ਔਰ ਦੂਜੇ ਪਾਸੇ ਲੱਖਾ ਸਿੰਘ ਹੁਣ ਕਹਿ ਰਹੇ ਨੇ ਕਿ ਇਹ ਮੇਰੇ ਘਰ ਕਿਰਪਾਨ ਲੈ ਕੇ ਸਾਡੇ ਘਰ ਪੈ ਗਿਆ ਸਾਨੂੰ ਮਾਰਨ ਵਾਸਤੇ। ਉਸਨੂੰ ਜਿਹੜਾ SHO ਸਾਹਿਬ ਨੂੰ ਹਦਾਇਤ ਕੀਤੀ ਵੀ ਉਹਨਾਂ ਦੀ ਵੀ ਜਿਹੜੀ ਐਪਲੀਕੇਸ਼ਨ ਹੈ ਉਹਨੂੰ ਵੈਰੀਫਾਈ ਕਰੇ। ਇਸ ਜੋ ਇਹਦੇ ਵੇਖੋ ਇਹਨੂੰ ਵੈਰੀਫਾਈ ਕਰਨ ਵਾਸਤੇ SHO ਅਤੇ DSP ਇਨਵੈਸਟੀਗੇਸ਼ਨ ਮੈਡਮ ਮਨਪ੍ਰੀਤ ਕੌਰ ਦੀ ਡਿਊਟੀ ਲਾਈ ਹੈ, ਉਹ ਮੌਕੇ 'ਤੇ ਜਾ ਕੇ ਤਸਦੀਕ ਕਰ ਲੈਣ। ਜੋ ਵੀ ਹੋਏਗਾ ਜਿਹਦਾ ਵੀ ਕਸੂਰ ਹੋਏਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਜਸ਼ਨ ਪੰਜਾਬ ਨਿਊਜ਼ ਤੋਂ ਜਸਪ੍ਰੀਤ ਦੇ ਨਾਲ ਹਰਜੀਤ ਗਰੇਵਾਲ ਦੀ ਰਿਪੋਰਟ।